ਵਣ ਦੀ ਲੋੜ ਨਹੀਂ ਹੈਗੀ ਸਾਨੂੰ ਰੱਬ ਦੇ ਸ਼ਰੀਕ ਵਣ ਦੀ ਲੋੜ ਨਹੀਂ ਹੈਗੀ ਕਿ ਮੈਂ ਤੇਰੇ ਲਈ ਲੜਾਈ ਕਰੂੰਗਾ ਤੂੰ ਇਸ ਰੱਬ ਨੂੰ ਇਦਾਂ ਕਹਤਾ ਮੈਂ ਇਦਾਂ ਕਰ ਦਊਗਾ ਬਿਲਕੁਲ ਇਸ ਗੱਲ ਤੋਂ ਨਿਕਲ ਜਾ ਕਿਉਂਕਿ ਤੁਸੀਂ ਕੁਛ ਵੀ ਨਹੀਂ ਹੈਗੇ ਆਪਾਂ ਕੁਛ ਵੀ ਨਹੀਂ ਹੈਗੇ ਇਹ ਗੱਲ ਕਲੀਅਰ ਆ ਹੈ ਨਾ ਤੇ ਜਦੋਂ ਉਹਨੇ ਕਰਨਾ ਜਦੋਂ ਕਰਨੇ ਕਰਾਉਣਾ ਆਪਣੇ ਹੱਥ ਜਦੋਂ ਉਹ ਕਰਨ ਤੇ ਆਉਂਦਾ ਨਾ ਉਹਨੇ ਆਪਣੇ ਆਪ ਹੀ ਕਰ ਦੇਣਾ ਹੈ ਹੈ ਨਾ ਤਾਂ ਫੇਰ ਉਹ ਕਹਿੰਦੇ ਕਿ ਕਹਿੰਦੇ ਕਿ ਮੈਂ ਨਾ ਦਾ ਵਾਰ ਗਰੂ ਮੈਂ ਹੁਣ ਮੈਨੂੰ ਪਤਾ ਨਹੀਂ ਮੈਂ ਸਾਰੀਆਂ ਸ਼ਤ ਗੱਲਾਂ ਦੱਸਦਾ ਚਲੋ ਆਪਾਂ ਠਹਿਰ ਕੇ ਗੱਲ ਕਰਾਂਗੇ ਫੋ ਹੋਰ ਵੀ ਉਹਨਾਂ ਦੀ ਗੱਲ ਨਾ ਕਾਫੀ ਇੱਕ ਕਨਵਰਸੇਸ਼ਨ ਦਾ ਕਾਫੀ ਹੋਇਆ ਨਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਤੁਹਾਡੇਆਂ ਥੋੜੀਆਂ ਗੱਲਾਂ ਸ਼ੇਅਰ ਕਰ ਸਕਦਾ ਹਾਂ ਗੁਰਪਿਆਰੇ ਜਿੱਤਾ ਮੈਂ ਕਦੀ ਕਦੀ ਟਿਕਟੋਕ ਤੇ ਜਾਂਦਾ ਹਾਂ ਉਹ ਕਹਿੰਦੇ ਜੀ ਕਰ ਸਕਦੇ ਆ ਜੇ ਹੋਰ ਕਿਸੇ ਦਾ ਭਲਾ ਹੋ ਜਾਵੇ ਮੇਰੀਆਂ ਗੱਲਾਂ ਤੋਂ ਤੇ ਉਹਦੇ ਨਾਲ ਉਹਦੇ ਉਸ ਤੋਂ ਬਾਅਦ ਕੀ ਚੀਜ਼ ਆ ਹੈ ਨਾ ਇਸ ਲਈ ਮੈਨੂੰ ਤੋਂ ਪਹਿਲਾਂ ਪੁੱਛਿਆ ਹੋਇਆ ਆ ਤਾਂ ਮੈਂ ਤੁਹਾਡੇ ਨਾਲ ਕਰਦਾ ਆ ਗੱਲਾਂ ਤੇ ਨਹੀਂ ਤਾਂ ਮੈਂ ਨੋਬਲੀ ਇਦਾਂ ਨਹੀਂ ਕਰਦਾ ਕਿਸੇ ਦੀ ਵੀ ਗੱਲ ਕਿ ਉਹ ਆਇਆ ਸੀ ਇਦਾਂ ਮੈਂ ਕਹਿ ਤਾ ਉਹ ਆਇਆ ਸੀ ਇਦਾਂ ਕਹਤਾ ਨਾ ਕਾਫੀ ਚੰਗੀਆਂ ਗੱਲਾਂ ਹੋਈਆਂ ਕਾਫੀ ਖੁਸ਼ ਹੋ ਕੇ ਗਿਆ ਤੇ ਉਹਨਾਂ ਨੂੰ ਮੈਂ ਬੁਲਾਇਆ ਮੈਂ ਕਿਹਾ ਮੈਨੂੰ ਫੇਰ ਥੋੜੇ ਦਿਨ ਬਾਅਦ ਆ ਕੇ ਮਿਲਿਓ ਤੇ ਆਪਾਂ ਫੇਰ ਇਹਦੇ ਤੇ ਚਰਚਾ ਕਰਾਂਗੇ ਉਹ ਕਹਿੰਦੇ ਜੀ ਮੈਂ ਵੀਟ ਆ ਸਕਦਾ ਪਰ ਮੈਂ ਕਿਹਾ ਮੇਰੇ ਵੀ ਜੇ ਟਾਈਮ ਨਹੀਂ ਹੈਗਾ ਵਾਹਿਗੁਰੂ ਤੁਸੀਂ ਇਦਾਂ ਕਰਿਓ ਤੁਸੀਂ ਟਾਈਮ ਨਾ ਆਈਓ ਤੇ ਕਿਸੇ ਦਿਨ ਆਪਾਂ ਜਰੂਰ ਇੱਥੇ ਗੱਲ ਕਰਾਂਗੇ ਜਿੰਨਾ ਵੀ ਆਪਾਂ ਜਦੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਨਾ ਗਿਆਨ ਹੈਗਾ ਕੀ ਆ ਹੈ ਨਾ ਗਿਆਨ ਮੈਂ ਉਹਨਾਂ ਪ੍ਰਿੰਸ ਜੀ ਹੁਣਾਂ ਦੀ ਗਿਆ ਸੀ ਲਾਜ ਤੋਂ ਉਦੋਂ ਵੀ ਗਿਆਨ ਦੀ ਗੱਲ ਬਹੁਤ ਹੁੰਦੀ ਸੀ ਪਰ ਉਹ ਗਿਆਨ ਜਿਹੜਾ ਹੈਗਾ ਉਹ ਹੈਗਾ ਕੀ ਆ ਕਿੱਥੋਂ ਮਿਲਦਾ ਸਾਨੂੰ ਹੈ ਨਾ ਕਿੱਦਾਂ ਇਕੱਠਾ ਹੁੰਦਾ ਕਿੱਦਾਂ ਉਹਦਾ ਦੀਪ ਬਣਦਾ ਅੰਦਰ ਹੈ ਨਾ ਜਿਦੋਂ ਉਹ ਖੰਡ ਕਿਦਾਂ ਬਣਦਾ ਗਿਆਨ ਖੰਡ ਜਿਹੜਾ ਹੈਗਾ ਉਹ ਕਿਦਾਂ ਬਣਦਾ ਅੰਦਰ ਜਿਹੜੇ ਜਿਹੜੀ ਪਾਤਸ਼ਾਹ ਦੀ ਪਾਤਸ਼ਾਹ ਜਿਹਦੀ ਗੱਲ ਕਰਦੇ ਆ ਨਾ ਗਿਆਨ ਖੰਡ ਦੇ ਗਿਆਨ ਪ੍ਰਚਾਰ ਉਹ ਗਿਆਨ ਦਾ ਖੰਡ ਕਿਦਾਂ ਬਣਦਾ ਹੈ ਉਹ ਗਿਆਨ ਦਾ ਖੰਡ ਸੀ ਜਦੋਂ ਉਹ ਪ੍ਰਚਨਨ ਹੁੰਦਾ ਹੈ ਤੇ ਉਹ ਸਾਨੂੰ ਕਿਦਾਂ ਦਾ ਅਨੁਭਵ ਹੁੰਦਾ ਹੈ ਇਹਦੇ ਤੇ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਗੱਲਬਾਤ ਕਰਨੀ ਚਾਹੀਦੀ ਆ ਜ਼ਿਆਦਾ ਤੋਂ ਜ਼ਿਆਦਾ ਜਿੰਨੀ ਹੋ ਸਕੇ ਜੀ ਵਾਹਿਗੁਰੂ ਅੱਜ ਫਿਰ ਅਸੀਂ ਵਾਹਿਗੁਰੂ